Thank you.
6 봐주게. 우리 조주 샤워시. 또 이렇게 내가 쓰는 거니까. 이거 무슨 일이야? 그래도 그거 니 나게. 응. 내가 니 보다 도지가 더 숙제. 어때 내? 응. 아주 예쁜 뮤직 같아. मिल दिया फिर शाम में एक बार टेक केयर है यार आ गया अपना बसों का किन्ने बजे फिनिश है फिर मेरी तो उदा वैसे मगर 10 बजे 11 मिनट ते अच्छा जी पर मैंने एक देता आधा होर बेच नु हां 2W ओ बल्ले आ जाओ तुम भी आ जाओ बल्ले बल्ले ये सारे बंदे नवे भर्ती किते है तुम्हारे नाल ने आज ते नहीं नाल ने नहीं है अच्छा सत श्री अकाल भाजी ये नवे भर्ती होए की हाल चाल ने पर इनन दा चलदा अजकल ट्रायल अच्छा ट्रेनिंग आज आज फूड अवार्ड भी है अच्छा 11:30 बजे वाह ਜੀ ਇਹ ਹੈਗੇ ਨੇ ਸਾਡੇ ਸੰਤੋਖ ਸਿੰਘ ਅੰਕਲ ਜੀ ਸਾਡੇ ਸਭ ਤੋਂ ਸੀਨੀਅਰ ਡਰਾਈਵਰ ਇੱਥੇ ਤੇ ਜਿਹੜੀ ਤੁਸੀਂ ਮੈਂ ਆਪਾਂ ਗੱਲ ਕਰ ਰਹੇ ਸੀ ਨਾ ਪਹਿਲਾਂ ਸਿੱਧੀ ਸ਼ਿਫਟ ਕੇ ਪੁੱਠੀ ਜਿਹੜੀ ਤਾਂ ਹੁੰਦੀ ਆ ਸਿੱਧੀ ਉਹ ਹੁੰਦੀ ਆ ਸਟ੍ਰੇਟ ਸਾਡੀ ਜਿਵੇਂ ਸਵੇਰੇ ਸਟਾਰਟ ਕਰਦੇ ਆ ਆਪਾਂ ਤੇ ਸ਼ਾਮ ਤੱਕ ਲਗਾਤਾਰ ਸ਼ਿਫਟ ਚੱਲਦੀ ਹੈ ਜਿਹੜੀ ਆਪਾਂ ਪੁੱਠੀ ਕਹਿ ਦਿੰਦੇ ਆ ਇਹਨੂੰ ਉਹ ਆ ਜਾਂ ਦੁਪਹਿਰ ਨੂੰ ਬਾਅਦ ਆਓ ਉਹ ਫਿਰ ਦੁਪਹਿਰ ਨੂੰ ਵਾਪਸ ਆ ਜਾਈਦਾ ਉਰੇ ਫਿਰ 2-3 ਘੰਟੇ ਦੀ ਬ੍ਰੇਕ ਹੁੰਦੀ ਆ ਫਿਰ ਸ਼ਾਮ ਨੂੰ ਦੁਬਾਰਾ ਜਾਣਾ ਪੈਂਦਾ ਰੋਟੀ ਖਾ ਕੇ ਤਸੱਲੀ ਨਾਲ ਫਿਰ ਆ ਕੇ ਦੋਈ ਜਾ ਤੇ ਬੱਸ ਸਟਾਪ ਤੇ ਆਪਾਂ ਟਾਈਮ ਤੋਂ ਪਹਿਲਾਂ ਪਹੁੰਚ ਜਾਈਏ ਤਾਂ ਫਿਰ ਥੋੜੀ ਦੇਰ ਰੁਕਣਾ ਪੈਂਦਾ।
ਸਵੇਰ ਦਾ ਨਜ਼ਾਰਾ। ਵੈਲਕਮ ਬੇ ਸਾਈਡ ਤੇ ਜਾ ਰਿਹਾ ਮੈਂ, ਤਰੰਗੇ ਦਾ ਛੋਟਾ ਜਿਹਾ ਸੁਬਰਬ ਹੈ। ਸੋ ਇੱਕ ਟ੍ਰਿਪ ਲਾਇਆ ਦਾ ਮੈਂ ਸਵੇਰ ਦੇ ਨੇ, ਵੈਲਕਮ ਬੇ ਸਾਈਡ ਤੇ ਗਿਆ ਸੀਗਾ ਤੇ ਕਾਫੀ ਬਿਜ਼ੀ ਹੁੰਦੀ ਆ ਮਾਰਨਿੰਗ, ਕਿਉਂਕਿ ਸਾਰਿਆਂ ਨੇ ਕੰਮਾਂ ਤੇ ਜਾਣਾ ਹੁੰਦਾ, ਬੱਚਿਆਂ ਨੇ ਸਕੂਲ ਵਗੈਰਾ ਜਾਣਾ ਹੁੰਦਾ ਹਨਾ, ਤਾਂ ਸਵੇਰੇ ਤਾਂ ਬਸ ਪੂਰੀ ਫੁੱਲ ਸੀਗੀ। ਸੋ ਇੱਕ ਟ੍ਰਿਪ ਹੋਰ ਆ ਹੁਣ ਆਪਣਾ ਜਿਹੜਾ ਬਿਜ਼ੀ ਆ ਥੋੜਾ ਜਿਹਾ, ਤਾਂ ਮਾਰਨਿੰਗ ਦੇ ਵਿੱਚ ਹੁੰਦੇ ਆ ਦੋ ਟ੍ਰਿਪ ਤੇ 9 ਵਜੇ ਤੋਂ ਬਾਅਦ ਫਿਰ ਕੁਆਇਟ ਹੋ ਜਾਂਦਾ। ਇਸ ਟਾਈਮ 8 ਵਜੇ ਨੇ ਸਵੇਰ ਦੇ। ਸੋ ਇਹ ਵੀ ਟ੍ਰਿਪ ਲਾ ਕੇ ਆਉਂਦੇ ਆ, ਫਿਰ ਕਰਦੇ ਆ ਗੱਲਬਾਤ ਅੱਗੇ ਆਪਾਂ। ਮੇਰੀ ਹੈਗੀ ਆ 15 ਮਿੰਟ ਦੀ ਬ੍ਰੇਕ। ਸੋ ਆ ਛੋਟਾ ਜਿਹਾ ਆਪਣਾ, ਐਕਚੁਅਲੀ ਮੈਂ ਤੁਹਾਨੂੰ ਦਿਖਾਈ ਦੇਵਾਂ, 2 ਬ੍ਰੇਕ ਰੂਮਸ ਨੇ ਆਪਣੇ ਉਰੇ ਹਨਾ ਸਿਟੀ ਸੈਂਟਰ ਦੇ ਵਿੱਚ, ਜਿੱਥੇ ਆਪਣਾ ਮੇਨ ਬੱਸ ਸਟੋਪਸ ਨੇ। ਇੱਥੇ ਮੈਂ ਵਾਸ਼ਰੂਮ ਵਗੈਰਾ ਬਣਿਆ ਹੋਇਆ, ਛੋਟੀ ਜਿਹੀ ਕਿਚਨ ਆ ਅਤੇ ਇੱਥੇ ਬੈਠਣ ਵਗੈਰਾ ਦਾ ਵਾ, ਅਤੇ ਇੱਕ ਵੱਡਾ ਸਿਰਫ ਬੱਸ ਵਾਲਿਆਂ ਦਾ। ਇਹ ਅਸੀਂ ਸ਼ੇਅਰ ਕਰਦੇ ਹਾਂ ਸਿਕਿਉਰਿਟੀ ਵਾਲੇ ਲੋਕਾਂ ਨਾਲ ਜਿਹੜੇ ਇੱਥੇ ਕੰਮ ਕਰਦੇ ਸਿਟੀ ਸੈਂਟਰ ਦੇ ਵਿੱਚ, ਕਿਉਂਕਿ ਇੱਥੇ ਜਿੱਥੇ ਮੇਨ ਬੱਸ ਸਟੋਪ ਆ ਨਾ ਉੱਥੇ ਸਿਕਿਉਰਿਟੀ ਗਾਰਡ ਖੜ੍ਹੇ ਹੁੰਦੇ ਆ, ਕੋਈ ਪ੍ਰੋਬਲਮ ਹੋਵੇ ਉਹਦੇ ਵਾਸਤੇ। ਸੋ ਛੋਟੀ ਜਿਹੀ ਬ੍ਰੇਕ ਆ ਮੇਰੀ, 10 ਮਿੰਟ ਹੋਰ ਹੈਗੇ ਨੇ, 10-15 ਮਿੰਟ ਤਾਂ ਮੈਂ ਜਾ ਕੇ ਬੱਸ ਦੇ ਵਿੱਚ ਬਹਿ ਕੇ ਖਾ ਪੀ ਲੈਣਾ। ਮਾੜਾ ਵਾਸ਼ਰੂਮ ਯੂਜ਼ ਕਰਨਾ ਅਸੀਂ, ਅਤੇ ਹੈਂਡ ਵਗੈਰਾ ਵਾਸ਼ ਕਰਨੇ ਸੀਗੇ। ਅਤੇ ਦਿਨ ਦੇਖੋ ਕਿੱਡਾ ਵਧੀਆ ਹੋ ਗਿਆ, ਹੁਣ ਧੁੱਪ ਧੱਪ ਚੜਿਆ ਹੀ, ਹਨੇਰੇ ਹਨੇਰੇ ਸਟਾਰਟ ਕੀਤਾ ਸੀਗਾ ਆਪਾਂ ਕੰਮ। ਅਤੇ ਇੱਕ ਵਾਰ ਚੱਲਦੇ ਹਾਂ, ਮਾੜਾ ਮੋਟਾ ਖਾਣੇ ਪੀਂਦੇ ਹਾਂ, ਫਿਰ ਇੱਕ ਟ੍ਰਿਪ ਹੋਰ ਆ, ਫਿਰ ਮੇਰੀ ਲੰਚ ਬ੍ਰੇਕ ਆ। ਚਾਹ ਆਪਾਂ ਲੈ ਕੇ ਆਏ ਸੀਗੇ ਘਰੋਂ। ਸਿਟੀ ਸੈਂਟਰ ਨਾ ਕਾਫੀ ਜ਼ਿਆਦਾ ਵਨ ਵੇ ਕਰਨ ਲੱਗੇ ਹੋਏ ਟਰੰਗੇ ਦਾ। ਸੋ ਆਹ ਨਵੇਂ ਹੀ ਗਮਲੇ ਜਿਹੇ ਲਿਆਂਦੇ ਆ ਇਹਨਾਂ ਨੇ, ਇਹਦੇ ਵਿੱਚ ਬੂਟੇ ਬਾਟੇ ਲਾ ਰਹੇ ਨੇ। ਰੈਗੂਲਰ ਪਾਣੀ ਦੇਣਾ ਪਿਆ ਕਰਨਾ ਇਹਨਾਂ ਨੂੰ, ਪਾਣੀ ਵਾਲਾ ਟਰੱਕ ਆਇਆ ਹੋਇਆ। ਨਾਲ ਖਾਂਦੇ ਹਾਂ ਇੱਕ ਇੱਕ ਪਿੰਨੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਚਾਹੋ? ਠੀਕ ਠਾਕ ਹੋ? ਸੋ ਜਿੰਨੇ ਪੈਸੇ ਦਿਨ 'ਚ ਕਮਾਏ ਹੁੰਦੇ ਆ ਨਾ ਕੈਸ਼, ਉਹ ਆਪਾਂ ਸ਼ਾਮ ਨੂੰ ਜਮ੍ਹਾਂ ਕਰਾਉਣੇ ਆ, ਤਾਂ 5, 3, 8, 15, 8, 23, 37, 32, 34, 36, 42, 89, 84, 87, 90, ਸੋ 90, 8, 4, 12, 8, 20, 4, 24, 4, 28, 92, 80 ਹੋਰ ਰੱਖਿਆ। ਹੈਲੋ, ਆ ਕੀ ਬਣਾਇਆ ਮੇਰੇ ਪੁੱਤ ਨੇ? ਅੱਛਾ, ਦਿਖਾਈ ਦਿਖਾਈ ਦਿਖਾਈ
ਅੱਛਾ ਪੌਪਕੋਰਨ ਤੇ ਇੱਧਰ ਆ ਮੈਂ ਨੀਨਾ ਦਾ ਵੀ ਪੁੱਛ ਰਿਹਾ ਸੀ ਨਾਲ ਉਹ ਫਲਾਵਰ ਇਹ ਕਿਹਨੇ ਬਣਾਏ ਨੇ ਪੁੱਤ ਆਪਣੇ ਸਕੂਲ ਤੇ ਫੰਦੇ ਹੋਇਆ ਸੀ ਅੱਛਾ ਓ ਲਵਲੀ ਓ ਆਈ ਕੈਨ ਸਮੈਲ ਪੌਪਕੋਰਨ ਸਮਾਨ ਮੈਂ ਰੱਖਿਆ ਮੜੀ ਚਾਹ ਕਿਉਂਕਿ ਮਨੀ ਆਨ ਦਾ ਵੇ ਆ ਅਤੇ ਮੈਂ ਪਰ ਦੇਖ ਕੇ ਆਵਾਂ ਮੰਮੀ ਉਹਨਾਂ ਨੂੰ ਗਲਾਸ ਉੱਤੇ ਪੈ ਆਉਣੇ ਆ ਸ਼ਾਮ ਨੂੰ ਬੱਚਿਆਂ ਨੂੰ ਦੇਖ ਕੇ ਨਾ ਰੋਟੀ ਪਾਣੀ ਸਕੂਲੋਂ ਆਉਂਦੇ ਆ ਫਿਰ ਸੌ ਜਾਂਦੇ ਆ ਗਰਾਜ ਲਾਏ ਪੁੱਤ ਚੱਲ ਆ ਗਿਆ ਬਾਈਕ ਰਾਈਡ 'ਤੇ ਚੱਲੇ ਸੀਗੇ ਮੈਂ ਅਤੇ ਅਰਮਾਨ ਮੰਮੀ ਡੈਡੀ ਕਹਿੰਦੇ ਵੋਕ ਕਰਨ ਉੱਠ ਕੇ ਅਤੇ ਲੀਂਦੀ ਸੀਗੀ ਸਵਿਮਿੰਗ ਕਲਾਸ ਅੱਜ ਤਾਂ ਮਨੀ ਉਹਨੂੰ ਲੈ ਕੇ ਗਈ ਆ ਸਕੂਲ ਤੋਂ ਆ ਕੇ ਚਾਚੂ ਪੀ ਕੇ ਆਈ ਮੀਨ ਜੋਬ ਤੋਂ ਆ ਕੇ ਚਾਚੂ ਪੀ ਕੇ ਅਤੇ ਮਾੜੇ ਮੌਸਮ ਵਧੀਆ ਹੋ ਗਿਆ ਸ਼ਾਮ ਦਾ ਤਾਂ ਚੱਲੇ ਸੀਗੇ ਮੈਂ ਕਿਹਾ ਚੱਲ ਰਾਈਡ ਕਰਕੇ ਉਹਨੇ ਮਾੜੀ ਗਈ ਚਲੀਏ ਸਰ ਅੱਛਾ ਹਾਂ ਓਕੇ ਫਿਰ ਕੋਈ ਹੋਰ ਕਰਦਾ ਹੋਣਾ ਇਸ ਸਾਲ ਨਾ ਦੇਖੀ ਆਪਣੇ ਵੱਲ ਨੂੰ ਆਉਂਦੀਆਂ ਡਕਸ ਅਰਮਾਨ ਆ ਦਿਖਾ ਗਈਆਂ ਤੇਰੇ ਵੱਲ ਨੂੰ ਆ ਰਹੀਆਂ ਇਹਨਾਂ ਨੂੰ ਲੱਗਿਆ ਤੂੰ ਫੂਡ ਲੈ ਕੇ ਆਇਆ ਕੋਈ ਸਾਰੀਆਂ ਹੀ ਆ ਗਈਆਂ ਤੇਰੇ ਵੱਲ ਨਹੀਂ ਕਰ ਲਾ ਟਰਾਈ ਤੈਨੂੰ ਫੋਲੋ ਕਰਦੀਆਂ ਪਜਾਮਾ ਪਾ ਕੇ ਆਉਣਾ ਸੀ ਕਿੱਧਰ ਦੀ ਆਣਾ ਲੜਾਉਣਾ ਨਹੀਂ ਰਾਤ ਨੂੰ ਕੁਛ ਕੋਈ ਨਾ ਚੱਲ ਹੋਪਲੀ ਹਲੇ ਹੋਵੇ ਟਾਇਰ ਸਵਿੰਗ ਹੈਗੀ ਆ ਹੈਗੀ ਆ ਕਿਵੇਂ ਦੇ ਵਿੱਚ ਬਹਿਣਾ ਉਹਨਾਂ ਚੱਲ ਅਵਗਾਡੋ ਨਹੀਂ ਹੈਗੇ ਕੁਛ ਹੋਰ ਆਹ ਕੀ ਕੋਈ ਵੈਜੀਟੇਬਲ ਹੈ ਨਹੀਂ ਪਤਾ ਕਿਹੜੀ ਉੱਥੇ ਦੇਖਣੇ ਵੀ ਨਹੀਂ ਰਾਤ ਨੂੰ ਚੱਲ ਚੱਲੀਏ ਤੇਰੀ ਮਾਂ ਦਾ ਫੋਨ ਆ ਗਿਆ ਕੁਛ ਖਾਣਾ ਪੀਣਾ ਵੀ ਆ ਘਰੇ ਆ ਗਏ ਖਾਸਾ ਹਾਈ ਆ ਯਾਰ ਮੱਛਰ ਬਹੁਤ ਲੜ ਗਿਆ ਪੈਰਾਂ 'ਤੇ ਅਸੀਂ ਚੱਪਲਾਂ ਪਾ ਕੇ ਆ ਗਏ ਸੀ ਨਾ ਮੱਛਰ ਲੜਦਾ ਆਹ ਵਧੀਆ ਇੱਥੇ ਮਾੜਾ ਜਿਹਾ ਪੱਧਰਾ ਤਾਂ ਕੀਤਾ ਹੋਇਆ ਓਹ